ਪਟਿਆਲਾ ਹਿੰਸਾ ਮਾਮਲੇ ਤੇ ਭਾਜਪਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਰਿਆ। ਭਾਜਪਾ ਗੁਸ਼ਵਾਨ ਸ਼ਰਮਾ ਨੇ ਸੀਐਮ ਭਗਵੰਤ ਮਾਨ ਤੇ ਸਵਾਲ ਚੁੱਕੇ। ਉਹਨਾਂ ਕਹਿਆ ਕਿ ਸੀਐਮ ਦੀ ਲਾਪਰਵਾਹੀ ਕਾਰਨ ਹੀ ਹੈ ਹਿੰਸਾ ਵਾਪਰੀ ਹੈ। ਭਗਵੰਤ ਮਾਨ ਗ੍ਰਹਿ ਵਿਭਾਗ ਤੁਰੰਤ ਛੱਡਨ ਹੈ ਮੰਗ ਕੀਤੀ ਕਿ ਇਹ ਸੁਬਾਸ਼ ਸ਼ਰਮਾ ਵੱਲੋਂ। ਜੀ ਹਾਂ ਤੁਹਾਨੂੰ ਦੱਸ ਦਈਏ। ਪਟਿਆਲਾ ਹਿੰਸਾ ਮਾਮਲੇ ਤੇ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ। ਲਗਾਤਾਰ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਉੱਠ ਰਹੇ ਨੇ। ਕਿ ਆਖਰਕਾਰ ਇਹ ਵਿਵਾਦ ਨੂੰ ਇਸ ਢੰਗ ਦੇ ਨਾਲ ਕਿਉਂ ਭੜਕਣ ਦਿੱਤਾ ਗਿਆ? ਇਸ ਨੂੰ ਲੈ सीएम भगवंत मान ਦੇ ਕੋਲੋਂ ਮੰਗ ਚੁੱਕੀ ਗਈ ਹੈ ਸੁਭਾਸ਼ ਸ਼ਰਮਾ ਕਹਿੰਦੇ ਨੇ ਕਿ ਭਗਵੰਤ ਮਾਨ ਤੁਰੰਤ ਆਪਣਾ ਗ੍ਰਹਿ ਵਿਭਾਗ ਛੱਡ ਲੈਂਦੇ ਦੇ ਵਿੱਚ ਭਾਜਪਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਜ਼ਿੰਮੇਵਾਰ ਅਫਸਰ ਨੇ ਉਹਨੇ ਹੀ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਨੇ ਕਿਉਂਕਿ ਬਤੌਰ ਗ੍ਰਹਿ ਮੰਤਰੀ ਉਹਨਾਂ ਵੱਲੋਂ ਵੀ ਕੋਈ ਖਾਸ ਸਟੈਪ ਨਹੀਂ ਲਏ ਗਏ ਜਦੋਂ ਕਿ ਪਹਿਲਾਂ ਤੋਂ ਹੀ ਇਸ ਮਾਮਲੇ ਦੀ ਭਣਕ ਸਰਕਾਰ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੱਗ ਗਈ ਸੀ ਸਾਡੇ ਨਾਲ ਇੱਥੇ ਸੁਭਾਸ਼ ਸ਼ਰਮਾ ਜੀ ਨੇ ਇਹਨਾਂ ਗੱਲਬਾਤ ਕਰਦੇ ਆ ਸੁਭਾਸ਼ ਜੀ ਆਰੋਪ ਤੁਸੀਂ ਲਗਾਏ ਆ ਬੜੇ ਗੰਭੀਰ ਆਰੋਪ ਨੇ ਕਿਹੜੇ ਤੱਥਾਂ ਦੇ ਆਧਾਰ ਤੇ ਤੁਸੀਂ ਆਰੋਪ ਦਾ ਹੈ ਦੇਖੋ ਲਗਾਤਾਰ ਪਿਛਲੇ 10 ਦਿਨ ਤੋਂ ਸੋਸ਼ਲ ਮੀਡੀਆ ਤੇ ਮੀਡੀਆ ਤੇ ਇਹ ਗੱਲ ਚੱਲ ਰਹੀ ਸੀ ਦੋਨੇ ਧਿਰਾਂ ਇੱਕ ਦੂਜੇ ਦੇ ਖਿਲਾਫ ਖੁੱਲ ਕੇ ਬੋਲ ਰਹੀਆਂ ਸਨ ਕਿੰਸਾ ਕਰਨ ਦੀਆਂ ਗੱਲਾਂ ਕਰ ਰਹੀਆਂ ਸਨ ਜਿਸ ਬਲਜਿੰਦਰ ਪਰਵਾਨਾ ਨੂੰ ਸਰਕਾਰ ਮਾਸਟਰਮਾਈਂਡ ਕਹਿ ਰਹੀ ਹੈ ਮੈਂ ਨਹੀਂ ਕਹਿ ਰਿਹਾ ਸਰਕਾਰ ਦੇ ਆਈਜੀ ਕਹਿ ਰਹੇ ਨੇ ਪ੍ਰੈਸ ਕਾਨਫਰੰਸ ਕਰਕੇ ਉਹਨੇ 22 April ਨੂੰ ਵੀਡੀਓ ਅਪਲੋਡ ਕੀਤੀ ਹੈ ਜਿੱਚੋ ਸ਼ਰਯਾਮ ਧਮਕੀਆਂ ਦੇ ਰਿਹਾ ਤੇ ਫਿਰ 7 ਦਿਨ ਸਰਕਾਰ ਕਿਉਂ ਸੁਤੀ ਰਹੀ ਔਰ ਸਿਰਫ ਮੀਡੀਆ ਸੋਸ਼ਲ ਮੀਡੀਆ ਹੀ ਨਹੀਂ ਸਰਕਾਰ ਦੀ ਇੰਟੈਲੀਜੈਂਸ ਦੇ ਅਫਸਰ ਲਗਾਤਾਰ ਸਰਕਾਰ ਨੂੰ ਚੇਤਾਉਂਦੇ ਰਹੇ ਦੇਖੋ ਅੱਜ ਦੀ ਇੱਕ ਬੜੀ ਇੰਪੋਰਟੈਂਟ ਸਟੋਰੀ ਇੰਡੀਅਨ ਐਕਸਪ੍ਰੈਸ ਨੇ ਕੀਤੀ ਹੈ ਅਗਰ ਤੁਸੀਂ ਆਪਣੇ ਦਰਸ਼ਕਾਂ ਨੂੰ ਦਿਖਾਣਾ ਚਾਹੋ ਡਿਸਪਾਈਟ ਇੰਟੈਲ ਇਨਪੁਟਸ ਕਾਪਸ ਫੇਲ ਟੂ ਗੋਸ ਬਿਲਡ ਅਪ ਔਨ ਸੋਸ਼ਲ ਮੀਡੀਆ ਇਸ ਸਟੋਰੀ ਦੇ ਅੰਦਰ ਪੂਰਾ ਬਕਾਇਦਾ ਜ਼ਿਕਰ ਹੈ ਉਹਨਾਂ ਚਿੱਠੀਆਂ ਦਾ ਜਿਹੜੀਆਂ AIG ਪੁੱਲਰ ਨੇ ਲਿਖੀਆਂ ਹੋਰ ਅਫਸਰਾਂ ਨੇ ਲਿਖੀਆਂ ਇੰਟੈਲੀਜੈਂਸ ਦੇ ਨੇ ਸਰਕਾਰ ਨੂੰ ਔਰ ਇਹ ਕਿਹਾ ਕਿ ਇਸ ਇਸ ਤਰ੍ਹਾਂ ਨਾਲ ਹੋ ਸਕਦਾ ਹੈ ਸ਼ਿਵ ਸੈਨਾ ਇਸ ਤਰ੍ਹਾਂ ਮਾਰਚ ਕੱਢ ਸਕਦੀ ਹੈ ਪਰਵਾਨਾ ਤੇ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਰੈਡੀਕਲ ਜਥੇਬੰਦੀਆਂ ਨੇ ਉਹ ਉਹਦੇ ਵਿਰੋਧ ਇਸ ਪ੍ਰਕਾਰ ਦਾ ਕੰਮ ਕਰ ਸਕਦੀਆਂ ਹਿੰਸਾ ਭੜਕ ਸਕਦੀ ਹੈ ਔਰ ਇਸ ਕਰਕੇ ਸਰਕਾਰ ਨੂੰ ਪ੍ਰੀਵੈਂਟਿਵ ਐਕਸ਼ਨ ਲੈਣਾ ਚਾਹੀਦਾ ਹੈ ਪ੍ਰੀਕੋਸ਼ਨ ਲੈਣੀ ਚਾਹੀਦੀ ਹੈ ਸਾਰੀਆਂ ਚੀਜ਼ਾਂ 7 ਦਿਨ ਤੋਂ ਚਿੱਠੀਆਂ ਇੰਟੈਲੀਜੈਂਸ ਲਿਖ ਰਹੀ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਗ੍ਰਹਿ ਮੰਤਰੀ ਦਾ ਚਾਰਜ ਵੀ ਜਿਨ੍ਹਾਂ ਦੇ ਕੋਲ ਹੈ ਉਹ ਕਿਉਂ ਸੁੱਤੇ ਹੋਏ ਸੀ ਕੀ ਉਹਨਾਂ ਨੂੰ ਉਹ ਇੰਟੈਲੀਜੈਂਸ ਦੀਆਂ ਇਨਪੁਟਸ ਪੜ੍ਹ ਕੇ ਕੋਈ ਕਾਰਵਾਈ ਦਾ ਨਿਰਦੇਸ਼ ਨਹੀਂ ਦੇਣਾ ਚਾਹੀਦਾ ਸੀ ਯਾਨੀ ਕਿ ਉਹਨਾਂ ਨੇ ਗੰਭੀਰਤਾ ਨਹੀਂ ਦਿਖਾਈ ਮਾਮਲੇ ਬਿਲਕੁਲ ਨਹੀਂ ਦਿਖਾਈ ਮੈਂ ਕਹਿੰਦਾ ਜਾਂ ਤਾਂ ਉਹਨਾਂ ਨੇ ਗੰਭੀਰਤਾ ਨਹੀਂ ਦਿਖਾਈ ਜਾਂ ਉਹ ਚਾਹੁੰਦੇ ਸੀ ਕਿ ਇਹ ਸਭ ਕੁਝ ਵਾਪਰੇ ਦੇਖੋ ਦੋ ਹੀ ਕਾਰਨ ਹੋ ਸਕਦੇ ਆ ਯਾ ਤਾਂ nghੈਲੀ ਸੀ ਨਿਕੰਮਾਪਨ ਸੀ ਨਲਾਕੀ ਸੀ ਜਾਂ ਮੰਛਾ ਸੀ ਉਹ ਤਾਂ ਕਹਿ ਹੀ ਰਿਹਾ ਕਿ ਕਹਿੰਦੇ ਬੀਜਪੀ ਦੀ ਤੇ ਕਾਲੀ ਦਲ ਦੀ ਆਪਸ ਦੀ ਲੜਾਈ ਸੀਗੀ ਇਹਦੇ ਕਰਕੇ ਨਹੀਂ ਮੈਨੂੰ ਦੱਸੋ ਲੜਾਈ ਤਾਂ ਹੋਈ ਨਹੀਂ ਉੱਥੇ ਕੋਈ ਕੀ ਹਰੀ ਸਿੰਘਲਾ ਬੀਜਪੀ ਆ ਕਾਲੀ ਦਲ ਦਾ ਬੰਦਾ ਹੈ ਕਿ ਜਾਂ ਬਰਜਿੰਦਰ ਸਿੰਘ ਪਰਵਾਨਾ ਬੀਜਪੀ ਆ ਕਾਲੀ ਦਲ ਦਾ ਬੰਦਾ ਹੈ ਇਹ ਦੋਨੋਂ ਕੌਣ ਨੇ ਇਹ ਦੋਨੋਂ ਕਿਹੜੀ ਧਿਰ ਨੇ ਔਰ ਇਹ ਦੋਨੋਂ ਸੋਸ਼ਲ ਮੀਡੀਆ ਤੇ ਲਗਾਤਾਰ ਕਰ ਰਹੇ ਸੀ ਸਰਕਾਰ ਕਿਉਂ ਸੁੱਤੀ ਹੋਈ ਸੀ ਕਿਉਂ ਸੁੱਤੀ ਹੋਈ ਸੀ ਮੈਂ ਤਾਂ ਸਵਾਲੇ ਪੁੱਛਦਾ ਕਿ ਤੁਹਾਡੀ ਇੰਟੈਲੀਜੈਂਸ ਤੁਹਾਨੂੰ ਕਹਿ ਰਹੀ ਸੀ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਤੁਹਾਨੂੰ ਕਿੰਨੇ ਰੋਕਿਆ ਸੀ ਕਾਰਵਾਈ ਕਰਨ ਤੋਂ ਕਾਰਵਾਈ ਤੁਸੀਂ ਨਹੀਂ ਕੀਤੀ ਨਿਕੰਮਾਪਨ ਤੁਹਾਡਾ ਹੈ ਕਾਲੀ ਦੇਵੀ ਮੰਦਿਰ ਦੇ ਬਾਹਰ ਤੇ ਮਾਰਚ ਨਿਕਲ ਨਹੀਂ ਰਿਹਾ ਸੀ ਮਾਰਚ ਤੇ ਨਿਕਲ ਰਿਹਾ ਸੀ ਆ ਰਿਹਾ ਸਮਾਜ ਚੌਕ ਚ ਕਾਲੀ ਦੇਵੀ ਮੰਦਿਰ ਤੇ ਹਮਲਾ ਕਿਉਂ ਹੋਇਆ ਕਿੰਨਾ ਨੇ ਕੀਤਾ ਕਿਉਂ ਕੀਤਾ ਉਹਦੇ ਪਿੱਛੇ ਕੀ ਦੀ ਸਾਜ਼ਿਸ਼ ਸੀ ਤੁਹਾਡੀ ਸਰਕਾਰ ਕਹਿ ਰਹੀ ਹੈ ਜੀ ਬਰਜਿੰਦਰ ਪਰਵਾਨਾ ਉਹਦਾ ਮਾਸਟਰਮਾਈਂਡ ਸੀ ਤੇ ਬਰਜਿੰਦਰ ਪਰਵਾਨਾ ਕਿਹਦਾ ਮੈਂਬਰ ਹੈ ਸਾਡਾ ਤਾਂ ਨਹੀਂ ਹੈ ਅਇਨਿਸ ਵਾਸ਼ ਸ਼ਰਮਾ ਸਿੱਧੇ ਤੌਰ ਤੇ ਅਲੀਗੇਸ਼ਨ ਲਗਾ ਰਹੇ ਆ ਭਗਵੰਤ ਮਾਨ ਸਰਕਾਰ ਦੇਤੇ ਮੰਗ ਕਰ ਰਹੇ ਆ ਕਿ ਭਗਵੰਤ ਮਾਨ ਖੁਦ ਗ੍ਰਹਿ ਮੰਤਰੀ ਦੇ ਤੌਰ ਤੇ ਅਹੁਦਾ ਛੱਡਨ ਅਸਤੀਫਾ ਦੇਣ ਅਤੇ ਨਾਲ ਹੀ ਨਾਲ ਇਸ ਪੂਰੀ ਜਿਹੜੇ ਮਾਮਲੇ ਦੇ ਜੋ ਵੀ ਗੁਨਾਹਕਰ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੈਮਰਮੈਨ ਸ਼ੇਰ ਸਿੰਘ ਦੇ ਨਾਰਵਿੰਦਰ ਮੀਤ ਪੀਟੀਸੀ ਨਿਊਜ਼ ਚਲਗਿਆ